ਵਾਲੇਕੁਮ ਵਿਊਅਰਸ, ਅੱਜ ਅਸੀਂ ਵੀਡੀਓ ਜਿਹੜੀ ਹੈ ਸਾਡੀ ਉਹ ਕਬੱਡੀ ਦੀ ਪ੍ਰਮੋਸ਼ਨ ਲਈ ਵੀਡੀਓ ਹੈ ਸਾਡੀ। ਕਬੱਡੀ ਨੂੰ ਪ੍ਰਮੋਟ ਕਰ ਰਹੇ ਹਾਂ ਸਾਡੇ ਇਲਾਕੇ ਥਰੋ ਮੰਡੀ ਦੇ ਵਿੱਚ, ਜਿਹੜਾ ਨਾ ਕਬੱਡੀ ਦੀ ਫਸਟ ਟਾਈਮ ਹੀ ਬਣੀ ਹੈ ਟੀਮ, ਅਤੇ ਉਹਦੀ ਪ੍ਰਮੋਸ਼ਨ ਲਈ ਅਸੀਂ ਦੁਬਾਰਾ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ। ਅੱਜ ਅਸੀਂ ਗੁਫ਼ਤਗੂ ਕਰਾਂਗੇ ਕਬੱਡੀ ਟੀਮ ਦੇ ਪਲੇਅਰਾਂ ਨਾਲ ਵੀ, ਉਹਨਾਂ ਜਿਹੜੇ ਕੋਚ ਨੇ ਉਹਨਾਂ ਨਾਲ ਵੀ ਗੁਫ਼ਤਗੂ ਕਰਾਂਗੇ, ਅਤੇ ਤੁਹਾਨੂੰ ਦਿਖਾਵਾਂਗੇ ਟ੍ਰੇਨਿੰਗ ਵੀ ਕਬੱਡਰ ਕਿਸ ਤਰ੍ਹਾਂ ਕਰਦੇ। ਅਸਲਾਮ ਵਾਲੇਕੁਮ ਵਿਊਅਰਸ, ਅੱਜ ਸਾਡੇ ਨਾਲ ਮੌਜੂਦ ਨੇ ਅਖਤਰ ਭਾਈ, ਇਹਨਾਂ ਨਾਲ ਗੁਫ਼ਤਗੂ ਕਰਾਂਗੇ ਕਰਾਚੀ ਫਿਸਟਰ ਦਿਨ ਦੇ ਹਾਰ ਨਾਲ ਨੇ, ਅਤੇ ਮਾਸ਼ਾਅੱਲਾ ਅੱਜ ਕਬੱਡੀ ਦੀ ਟ੍ਰੇਨਿੰਗ ਵੀ ਕਰਾ ਰਹੇ ਨੇ ਪਲੇਅਰਾਂ ਨੂੰ। ਅਸਲਾਮ ਵਾਲੇਕੁਮ ਅਖਤਰ ਭਾਈ। ਵਾਲੇਕੁਮ ਅਸਲਾਮ। ਅਖਤਰ ਭਾਈ, ਬਹੁਤ ਅੱਛਾ ਲੱਗਾ ਤੁਹਾਡਾ ਜਿਹੜਾ ਵਰਕ ਹੋ ਰਿਹਾ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਤੁਸੀਂ ਨੌਜਵਾਨਾਂ ਨੂੰ ਪ੍ਰਮੋਟ ਕਰ ਰਹੇ ਹੋ ਮੁਖਤਲਿਫ ਗੇਮਾਂ ਦੇ ਹਵਾਲੇ ਨਾਲ। ਬੜੀ ਮਿਹਰਬਾਨੀ ਜੀ, ਮੇਰੀ ਤਾਂ ਖਾਹਿਸ਼ ਹੈ ਕਿ ਹਰ ਸਾਡੇ ਇਲਾਕੇ ਦਾ ਹਰ ਬੱਚਾ ਹੀ ਜਿਹੜਾ ਹੈ ਉਹ ਸਿਹਤਮੰਦ ਹੋਏ ਅਤੇ ਹੈਲਦੀ ਐਕਟੀਵਿਟੀ ਵਾਲੇ ਪਾਸੇ ਆਉਣ ਸਾਰੇ। ਮੈਂ ਤਾਂ ਜਿਹੜੇ ਬੱਚੇ ਆਏ ਦੇ ਨੇ ਦੋਸਤ ਮੇਰੇ ਭਾਈ ਖੇਲਣ ਵਾਸਤੇ, ਤੁਸੀਂ ਵੀ ਪ੍ਰਮੋਟ ਕਰਦੇ ਹੋ, ਤੁਸੀਂ ਵੀ ਉਨਾ ਹੀ ਹੱਕਦਾਰ ਹੋ ਤਾਰੀਫ ਦੇ ਮਾਸ਼ਾਅੱਲਾ। ਅਤੇ ਇਹ ਮਿਲ ਕੇ ਅਸੀਂ ਚਾਹੁੰਦੇ ਹਾਂ ਕਿ ਇੱਕ ਅੱਛਾ ਜਿਹਾ ਐਟਮੋਸਫੇਅਰ ਬਣਾਈਏ ਹੈਲਦੀ। ਬਿਲਕੁਲ, ਸਾਡੀ ਵੀ ਕੋਸ਼ਿਸ਼ ਹੈ ਕਿ ਕੋਈ ਵੀ ਗੇਮ ਉਹਦੀ ਜਿੰਨੀ ਪ੍ਰਮੋਸ਼ਨ ਹੋਏ ਤਾਂ ਕਿ ਨੌਜਵਾਨ ਜਿਹੜੇ ਇਹਨੂੰ ਨਸ਼ਿਆਂ ਤੋਂ ਬਚਣ, ਕਿਉਂਕਿ ਨਸ਼ੇ ਦਾ ਬਹੁਤ ਜ਼ਿਆਦਾ ਰੁਝਾਨ ਹੋ ਗਿਆ। ਸਾਡੀ ਇਹੀ ਕੋਸ਼ਿਸ਼ ਕਿ ਨੌਜਵਾਨ ਜਿਹੜੇ ਇਸ ਚੀਜ਼ ਤੋਂ ਦੂਰ ਰਹਿਣ। ਤੁਹਾਡਾ ਕੀ ਖਿਆਲ ਜੀ? ਇਸ ਤਰ੍ਹਾਂ ਹੀ ਗੱਲ, ਦੇਖੋ ਇਹੋ ਹੀ ਇੱਕ ਚੀਜ਼ ਹੈ ਕਿ ਅਸੀਂ ਆਪਣੇ ਆਉਣ ਵਾਲੀ ਨਸਲ ਨੂੰ ਨਸ਼ੇ ਤੋਂ ਬੇਹਯਾਈ ਤੋਂ ਇਸੇ ਤਰ੍ਹਾਂ ਦੂਰ ਰੱਖ ਸਕਦੇ ਹਾਂ। ਜਿਸ ਤਰ੍ਹਾਂ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਵਾਸਤੇ, ਇਸੇ ਤਰ੍ਹਾਂ ਖੇਲ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ। ਲੇਕਿਨ ਮੈਂ ਆਪਣੇ ਪ੍ਰੋਫੈਸ਼ਨ ਦੇ ਹਿਸਾਬ ਨਾਲ, ਕਿਉਂਕਿ ਮੇਰਾ ਇੱਕ ਜਿਮ ਬਣਿਆ ਦਾ ਇੱਥੇ ਥਰੋ ਮੰਡੀ ਕਰਾਚੀ ਫਿਟਨੈਸ ਜਿਮ ਦੇ ਨਾਂ ਤੋਂ, ਅਤੇ ਮੈਂ ਐਜ਼ ਏ ਫਿਟਨੈਸ ਟ੍ਰੇਨਿੰਗ ਲੜਕਿਆਂ ਨੂੰ ਕਰਾਉਣਾ ਉਹਨਾਂ ਦੀ, ਅਤੇ ਉਹ ਫਿਟਨੈਸ ਲੈਵਲ ਇਹ ਹੋਣਾ ਚਾਹੀਦਾ ਕਿਸੇ ਵੀ ਸਪੋਰਟ 'ਚ ਤੁਹਾਨੂੰ ਜਿਹੜਾ ਨਾ ਉਹਦੀ ਹੈਲਪ ਮਿਲਦੀ ਹੈ। ਤੁਸੀਂ ਕ੍ਰਿਕਟ ਖੇਲੋ, ਫੁੱਟਬਾਲ ਖੇਲੋ, ਲੇਕਿਨ ਤੁਹਾਡਾ ਸਟੈਮਿਨਾ ਹੋਣਾ ਚਾਹੀਦਾ ਮੇਨ ਚੀਜ਼। ਅਤੇ ਇਹ ਜਿਹੜੀ ਕਬੱਡੀ ਦੀ ਟ੍ਰੇਨਿੰਗ ਅਸੀਂ ਮਸਾਂ ਜੰਗਲ 'ਚ ਵੀ ਕਰਵਾਉਂਦੇ ਹਾਂ, ਫਿਰ ਬਾਹਰ ਉੱਥੇ ਡੇਕ ਵਾਲੀ ਸਾਈਡ 'ਤੇ ਸਾਡੇ ਮਾਸ਼ਾਅੱਲਾ ਬੜੀ ਪਿਆਰੀ ਜਗ੍ਹਾ ਰੇਤ ਅਤੇ ਉੱਥੇ ਵੀ ਕਰਵਾਈ ਦੀ ਹੈ। ਫਿਰ ਕੋਈ ਦਿਨ ਐਸਾ ਹੁੰਦਾ ਮਿੱਟੀ 'ਤੇ ਕਰਵਾਈ ਦੀ ਹੈ, ਇਸ ਤਰ੍ਹਾਂ ਤਿੰਨ। ਫਿਰ ਜਿਮ ਦੇ ਅੰਦਰ ਬਕਾਇਦਾ ਉਹ ਜਿਮ ਦੇ ਅੰਦਰ ਵੀ ਟ੍ਰੇਨਿੰਗ ਹੁੰਦੀ ਹੈ, ਅਤੇ ਤਿੰਨ ਚਾਰ ਜਗ੍ਹਾ 'ਤੇ ਇਹਨਾਂ ਦੀ ਟ੍ਰੇਨਿੰਗ ਕਰਵਾ ਕੇ ਫਿਰ ਕੋਈ ਛੋਟਾ ਮੋਟਾ ਦੋਸਤਾਂ ਨਾਲ ਮੈਚ ਕਰਵਾਈ ਦਾ ਇਹਨਾਂ ਨੂੰ। ਅਖਤਰ ਭਾਈ, ਆ ਜਿਹੜੀ ਕਬੱਡੀ ਦੀ ਗੇਮ ਹੈ ਸਾਡੇ ਜ਼ਿਲ੍ਹੇ ਲੈਵਲ 'ਤੇ ਇੰਨੀ ਨਹੀਂ ਖੇਲੀ ਜਾਂਦੀ, ਚਾਹੁੰਦੇ ਇੱਕ ਨਾਮੀ ਗਰਾਮੀ ਪਲੇਅਰ ਹੋਏ ਨੇ ਸਾਡੇ ਜ਼ਿਲ੍ਹਾ ਸਿਆਲਕੋਟ ਦੇ ਵਿੱਚ, ਲੇਕਿਨ ਜ਼ਿਆਦਾਤਰ ਗੇਮ ਹੈ ਦੂਸਰੇ ਇਲਾਕਿਆਂ 'ਚ ਖੇਡੀ ਜਾਂਦੀ ਹੈ। ਲੇਕਿਨ ਇਹ ਬਹੁਤ ਅੱਛਾ ਤੁਸੀਂ ਵਰਕ ਕਰ ਰਹੇ ਹੋ ਕਿ ਜਿਹੜੀ ਆ ਗੇਮ ਇਹਨੂੰ ਪ੍ਰਮੋਟ ਕਰ ਰਹੇ ਹੋ, ਤਾਂ ਕਿ ਆਉਣ ਵਾਲੇ ਵਕਤ ਦੇ ਵਿੱਚ ਸਾਡੇ ਇਲਾਕੇ 'ਚ ਵੀ ਪਲੇਅਰ ਨਿਕਲ ਕੇ ਅੱਛੇ ਲੈਵਲ 'ਤੇ ਜਾ ਕੇ ਖੇਲਣ, ਮੁਲਕ ਦਾ ਵੀ ਨਾਂ ਰੋਸ਼ਨ ਕਰਨ ਅਤੇ ਆਪਣੇ ਇਲਾਕੇ ਦਾ ਵੀ ਨਾਂ ਰੋਸ਼ਨ ਕਰਨ ਜਿਹੜਾ ਨਾ। ਜੀ ਜੀ ਬਿਲਕੁਲ, ਇਸੇ ਤਰ੍ਹਾਂ ਹੀ ਗੱਲ ਹੈ। ਦੇਖੋ, ਅੱਜ ਅਸੀਂ ਕੋਈ ਪੌਦਾ ਲਗਾਉਂਦੇ ਹਾਂ ਅਤੇ ਉਹਨੂੰ ਤਨਾਵਰ ਹੋਣ ਲੱਗ ਜਾਂ ਟਾਈਮ ਲੱਗਦਾ, ਫਿਰ ਜਾ ਕੇ ਕਿਤੇ ਫਲ ਦਿੰਦਾ ਜਾਂ ਸਾਇਆ ਦਿੰਦਾ, ਅਤੇ ਸਮਝ ਲਓ ਅਸੀਂ ਪੌਦੇ ਲਗਾ ਰਹੇ ਹਾਂ। ਅਤੇ ਇਹ ਬੱਚੇ ਇਨਸ਼ਾਅੱਲਾ ਇੱਕ ਟਾਈਮ ਆਏਗਾ, ਇਹ ਵੀ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ, ਆਪਣੇ ਆਪਣੇ ਪਿੰਡ ਦਾ, ਆਪਣੇ ਆਪਣੇ ਖਾਨਦਾਨ ਦਾ, ਆਪਣੇ ਬਜ਼ੁਰਗਾਂ ਦਾ ਨਾਮ ਰੋਸ਼ਨ ਕਰਨਗੇ। ਅਤੇ ਮੇਰੀ ਖਾਹਿਸ਼ ਹੈ ਕਿ ਇਹਨਾਂ 'ਚ ਕੋਈ ਅੱਗੇ ਨਿਕਲ ਜਾਣ, ਕਿਸੇ ਕੋਈ ਅੱਛੀਆਂ ਨੌਕਰੀਆਂ ਮਿਲ ਜਾਣ ਇਹਨਾਂ ਨੂੰ ਗਵਰਨਮੈਂਟ ਦੀਆਂ, ਕਿਸੇ ਅੱਛੀ ਜਗ੍ਹਾ 'ਤੇ ਖੇਲ ਕੇ ਆਪਣੇ ਆਪ ਮਨਵਾਉਣ ਅਤੇ ਆਪਣਾ ਨਾਮ ਕਮਾਉਣ। ਕਾਫੀ ਮਹਿੰਗੀ ਗੇਮ ਹੈ, ਕਿਉਂਕਿ ਵੇਖਣ 'ਚ ਲੱਗਦਾ ਕਿਸਾਨ ਹੈ, ਲੇਕਿਨ ਇਹਦੇ ਲਈ ਬਹੁਤ ਜ਼ਰੂਰੀ ਹੈ, ਖੁਰਾਕ ਦਾ ਵੀ ਬੜਾ ਖਿਆਲ ਰੱਖਣਾ ਹੁੰਦਾ ਹੈ। ਜੀ ਬਿਲਕੁਲ, ਇਹ ਤਾਂ ਭਲਵਾਨੀ ਵਾਲਾ ਕੰਮ ਹੋ ਗਿਆ ਨਾ, ਉਹ ਦੇਖਣ 'ਚ ਕੁਛ ਨਹੀਂ, ਇਸ ਨਹੀਂ ਲੱਗਦਾ ਕਿ ਬਸ ਉਹ ਸ਼ਰਟਾਂ ਲਾ ਕੇ ਤੁਸੀਂ ਕਬੱਡੀ ਖੇਲਣ ਲੱਗ ਪਏ ਹੋ। ਇਹਦੇ ਵਿੱਚ ਖੁਰਾਕ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਜਿਹੜੇ ਬੱਚੇ ਖੇਲਦੇ ਨੇ ਪਏ ਜਾਂ ਜਿਹੜੇ ਦੇਖਦੇ ਨੇ ਪਏ, ਜਿਹੜੇ ਸ਼ੌਕ ਰੱਖਦੇ ਨੇ ਪਏ, ਮੈਂ ਕਬੱਡੀ ਨਹੀਂ ਖੇਲਦਾ, ਲੇਕਿਨ ਕਿਉਂਕਿ ਅਸੀਂ ਬਾਡੀ ਬਿਲਡਿੰਗ ਕਰਦੇ ਹਾਂ, ਉਹ ਵੀ ਬਹੁਤ ਮਹਿੰਗੀ ਗੇਮ ਹੈ, ਅਤੇ ਇਹਦੇ ਵਾਸਤੇ ਖੁਰਾਕ ਨਹੀਂ ਹੋਏਗੀ ਅਤੇ ਸਾਡਾ ਹੁਣ ਕੰਪੀਟੀਸ਼ਨ ਦਾ ਬੜਾ ਦੌਰ ਹੈ, ਬੜੇ ਬੜੇ ਜ਼ਬਰਦਸਤ ਕਿਸਮ ਦੇ ਪਲੇਅਰ ਨੇ, ਤੁਸੀਂ ਮੈਦਾਨ 'ਚ ਜਾ ਕੇ ਅਤੇ ਇੱਕਦਮ ਉਹਨਾਂ ਨਾਲ ਕਿਸ ਤਰ੍ਹਾਂ ਮੁਕਾਬਲਾ ਕਰੋਗੇ, ਜਦੋਂ ਸਾਡਾ ਇੱਕ ਸਟੈਮਿਨਰ ਲੈਵਲ ਹੀ ਉਹ ਚੀਜ਼ ਨਹੀਂ ਹੈ, ਸਾਡੀ ਡਾਇਟ ਹੀ ਨਹੀਂ ਉਸ ਹਿਸਾਬ ਦੀ, ਸਿਰਫ ਸ਼ੌਕ ਹੋਣਾ ਇੱਕ ਅਲੱਗ ਚੀਜ਼ ਹੈ। ਲੇਕਿਨ ਇਹ ਕਿ ਪ੍ਰੋਪਰ ਡਾਇਟ, ਜਿਹੜੇ ਮੈਂ ਦੋਸਤਾਂ ਨੂੰ ਕਹਾਂਗਾ ਜਿਹੜੇ ਵੀ ਕੋਈ ਬਜ਼ੁਰਗ ਦੇਖਦੇ ਨੇ, ਅਗਰ ਉਹ ਤੁਹਾਡੇ ਬੱਚੇ ਸ਼ੌਕ ਰੱਖਦੇ ਨੇ ਤਾਂ ਉਹਨਾਂ ਦੀ ਡਾਇਟ ਦਾ ਬਹੁਤ ਜ਼ਿਆਦਾ ਖਿਆਲ ਰੱਖੋ। ਅਖਤਰ ਭਾਈ, ਕਿੰਨੀ ਟ੍ਰੇਨਿੰਗ ਕਰਨੀ ਚਾਹੀਦੀ ਹੈ ਕਬੱਡਰ ਨੂੰ, ਜਿਹੜਾ ਕੋਈ ਵੀ ਟ੍ਰੇਨਿੰਗ ਕਰਦਾ ਕਬੱਡਰ ਜਿਹੜਾ ਡੇਲੀ? ਅਸਲ 'ਚ ਉਹ ਲੜਕੇ ਸਾਰੇ ਮਸਰੂਫ ਹੁੰਦੇ ਨੇ ਕੰਮਾਂ, ਮਸਲਾ ਸਾਰਾ ਹੈ ਕਿ ਇਹ ਗੇਮ ਸਾਡੇ ਇੱਥੇ ਸਮਝ ਲਓ ਕਿ ਮਿਡਲ ਕਲਾਸ ਤਬਕਾ ਅਸੀਂ ਖੇਲਦੇ ਹਾਂ, ਗਰੀਬ ਘਰਾਂ ਦੇ ਬੱਚੇ ਨੇ, ਮਜ਼ਦੂਰੀਆਂ ਵੀ ਕਰਦੇ ਨੇ, ਦਿਹਾੜੀਦਾਰ ਵੀ ਨੇ, ਦੁਕਾਨਾਂ 'ਤੇ ਕੰਮ ਕਰਨਾ, ਅੱਗੇ ਪਿੱਛੇ ਘਰ ਦੀਆਂ ਜ਼ਿੰਮੇਵਾਰੀਆਂ, ਫਿਰ ਵੀ ਟਾਈਮ ਕੱਢ ਕੇ ਐਟਲੀਸਟ ਜਿਹੜਾ ਨਾ ਇੱਕ ਘੰਟਾ ਬਹੁਤ ਜ਼ਰੂਰੀ ਹੈ ਉਹ ਜਿਮ ਦੇ ਅੰਦਰ ਕਰ ਲਈ, ਇੱਥੇ ਜੰਗਲ 'ਚ ਲੈ ਜਾਂਦਾ ਜਾਂ ਕਿਤੇ ਡੇਕ ਵਾਲੇ ਪਾਸੇ ਲੈ ਗਏ, ਇੱਕ ਘੰਟਾ ਟ੍ਰੇਨਿੰਗ ਅਗਰ ਅਸੀਂ ਹਫ਼ਤੇ ਦੇ ਵਿੱਚ ਮਸਾਂ 5 ਦਿਨ ਵੀ ਕਰ ਲੈਂਦੇ ਹਾਂ ਨਾ, ਅਤੇ ਬੜੀ ਜ਼ਬਰਦਸਤ ਫਿਟਨੈਸ ਲੱਗਦੀ ਹੈ। ਭਾਈ, ਕਿੰਨਾ ਟਾਈਮ ਹੋ ਗਿਆ ਤੁਸੀਂ ਆ ਕਬੱਡੀ ਸਟਾਰਟ ਕੀਤਾ ਜਿਹੜੀ ਟੀਮ ਹੈ? ਇਹ ਤਾਂ ਬਹੁਤ ਥੋੜ੍ਹਾ ਅਰਸਾ ਹੋਇਆ ਜੇ ਆ, ਅਤੇ ਮਸਾਂ ਬਸ ਮੈਨੂੰ ਸਮਝ ਲਓ ਕਿ ਇੱਕ ਮੇਰੇ ਦਿਲ 'ਚ ਖਲਿਸ਼ ਹੁੰਦੇ ਸੀ ਕਿ ਯਾਰ ਮਸਾਂ ਦੇਖਣ ਦਾ ਤਾਂ ਸ਼ੌਕ ਹੈ ਸੀ ਕਬੱਡੀ, ਦੂਸਰੀ ਇੱਕ ਜਿਹੜੀ ਚਪੇੜਾਂ ਵਾਲੀ ਕਬੱਡੀ ਖੇਲੀ ਜਾਂਦੀ ਹੈ ਉਹਦੇ ਅਸੀਂ ਖਿਲਾਫ ਹਾਂ,
ਉਹ ਅਸੀਂ ਕਿਉਂਕਿ ਨਹੀਂ ਸਮਝਦੇ ਕਿ ਉਹਦੇ 'ਚ ਪਲੇਅਰ ਦੀ ਕੋਈ ਇੱਜ਼ਤ ਹੈ, ਕਿਸੇ ਦੇ ਮੂੰਹ 'ਤੇ ਚਪੇੜ ਮਾਰਨਾ, ਪੈਸੇ ਲੈਣਾ, ਬੰਦੇ ਬੰਦੇ ਕੋਲ ਜਾ ਕੇ ਪੈਸੇ ਇਕੱਠੇ ਕਰਨਾ, ਮੈਂ ਉਹਨੂੰ ਇੱਜ਼ਤ ਨਹੀਂ ਸਮਝਦਾ। ਇਹ ਗੋਲ ਕਬੱਡੀ ਖੇਡਣ, ਦਾਰੇ ਵਾਲੀ ਕਬੱਡੀ ਖੇਡਣ, ਅਤੇ ਇਨਸ਼ਾ ਅੱਲਾਹ ਤਾਲਾ ਕੱਲ੍ਹ ਨੂੰ ਕੋਈ ਇਹਨਾਂ 'ਚੋਂ ਕੋਈ ਨੈਸ਼ਨਲ ਟੀਮ ਦਾ ਹਿੱਸਾ ਬਣ ਸਕਦਾ, ਬਾਹਰ ਜਾ ਕੇ ਕਿਤੇ ਲੀਗ ਖੇਡ ਸਕਦਾ। ਅਤੇ ਸਾਨੂੰ ਇਹ ਸਮਝ ਲਓ ਕਿ ਜ਼ਿਆਦਾ ਤੋਂ ਜ਼ਿਆਦਾ 2 ਮਾਹ ਹੋਏ ਹੋਣਗੇ ਇੰਨੇ ਕਿ ਨੇ, ਅਤੇ ਇਨਸ਼ਾ ਅੱਲਾਹ ਤਾਲਾ 2 ਮਾਹ ਤੁਸੀਂ ਤਕਰੀਬਨ ਕਿੰਨੇ ਕੁ ਮੈਚ ਖੇਡੇ ਨੇ? 2 ਮਾਹ 'ਚ ਅਸੀਂ ਖੇਡੇ ਜੇ 5 ਮੈਚ, ਅਤੇ 5 'ਚੋਂ ਮਾਸ਼ਾ ਅੱਲਾਹ ਅਸੀਂ 3 ਮੈਚ ਅਸੀਂ ਜਿੱਤੇ ਹਾਂ, 2 ਮੈਚ ਅਸੀਂ ਆ ਰਹੇ। ਮਾਸ਼ਾਅੱਲਾ ਬੜਾ ਅੱਛਾ, ਮੈਂ ਵੀ ਇੱਕ ਮੈਚ ਵੇਖਿਆ ਤਾਂ ਤੁਹਾਡਾ ਜਿਹੜਾ ਨਾ ਉਹ ਕਾਫੀ ਅੱਛਾ ਜਿਹੜਾ ਨਾ ਉਹ ਟੀਮ ਨੇ ਓਵਰ ਕੀਤਾ, ਇੰਨੇ ਥੋੜ੍ਹੇ ਟਾਈਮ ਦੇ ਵਿੱਚ ਇੰਨੀ ਅੱਛੀ ਯਾਨੀ ਕਬੱਡੀ ਖੇਡਣੀ ਹੈ, ਯਾਨੀ ਕਿ ਆਜ਼ਾਦ ਵਾਲੀ ਗੱਲ ਹੈ। ਸਰ ਅਸੀਂ ਜਿਹੜਾ ਆਖਰੀ ਮੈਚ ਅਸੀਂ ਖੇਡਿਆ, ਜਸੋਰਾਂ ਦੀ ਟੀਮ ਹੈ ਮਾਸ਼ਾਅੱਲਾ, ਬਿਲਾਲ ਬਾਈ ਨੇ ਸਾਡੇ ਬੜੇ ਮੋਹਤਰਮ, ਅਤੇ ਪਹਿਲਾ ਮੈਚ ਅਸੀਂ ਉਹਨਾਂ ਨੂੰ, ਬਲਕਿ 2 ਮੈਚ ਅਸੀਂ ਉਹਨਾਂ ਨੂੰ ਹਰਾਏ ਨੇ, ਅਤੇ 3ਰਾ ਮੈਚ ਅਸੀਂ ਗਏ ਹਾਂ, ਅਤੇ ਉਸ ਟਾਈਮ ਫਿਰ ਉਹਨਾਂ ਨੇ ਠੀਕ ਤਗੜੀ ਟੀਮ ਰੱਖੀ ਹੈ, ਤਕਰੀਬਨ ਪੂਰੇ ਜ਼ਿਲ੍ਹੇ ਤੋਂ ਅੱਛੇ ਅੱਛੇ ਲੜਕੇ ਲੈ ਕੇ ਆਏ ਨੇ, ਅਤੇ ਇਹ ਲੜਕੇ ਅਜੇ ਬਿਲਕੁਲ ਨਵੇਂ ਆਈਏ, ਉਹ ਟੈਕਨੀਕ ਨਹੀਂ ਹੈ, ਸਾਨੂੰ ਜ਼ਰੂਰਤ ਹੈ। ਜਿੰਨਾ ਮੇਰਾ ਅੱਲਾ ਮੈਨੂੰ ਹਿੰਮਤ ਦੇ, ਜਿੰਨੀ ਮੇਰੀ ਕੋਸ਼ਿਸ਼ ਹੈ ਮੈਂ ਪ੍ਰਮੋਟ ਕਰਾਂਗਾ, ਲੇਕਿਨ ਫਿਰ ਵੀ ਇਕੱਲਾ ਇਨਸਾਨ ਇਕੱਲਾ ਹੀ ਹੁੰਦਾ, ਜਿੰਨੀ ਦੇਰ ਤੱਕ ਭਰਾ ਦੂਸਰੇ ਯਾਰ ਦੋਸਤ ਨਾਲ ਮਿਲ ਕੇ ਬਾਜ਼ੂ ਨਾ ਬਣਨਗੇ, ਅਸੀਂ ਆਪਣੇ ਇਲਾਕੇ ਦੇ ਵਿੱਚ ਇਸ ਚੀਜ਼ ਨੂੰ ਪ੍ਰਮੋਟ ਕਰਨ ਲੱਗਿਆ, ਇੱਕ ਫਿਰ ਟਾਈਮ ਜ਼ਿਆਦਾ ਲੱਗ ਜਾਏਗਾ, ਲੇਕਿਨ ਅਗਰ ਸਾਰੇ ਮਿਲ ਕੇ ਕਰਾਂਗੇ ਇਸ ਚੀਜ਼ ਨੂੰ, ਤਾਂ ਇਨਸ਼ਾ ਅੱਲਾਹ ਤਾਲਾ ਜਲਦੀ ਇੱਕ ਅੱਛੀ ਟੀਮ ਲੈ ਕੇ। ਤੁਹਾਡੇ ਖਿਆਲ ਨਾਲ ਯਾਨੀ ਕਿ ਹੋਰ ਲੋਕਾਂ ਨੂੰ ਵੀ ਇਸ ਤਰਫ ਆਉਣਾ ਚਾਹੀਦਾ, ਜਿਹੜੇ ਸਾਹਿਬ ਸੀਅਤ ਨੇ ਜਾਂ ਜਿਹੜੇ ਦੋਸਤ ਪ੍ਰਮੋਟ ਕਰਨਾ ਚਾਹੁੰਦੇ ਨੇ ਕਬੱਡੀ ਨੂੰ ਜਾਂ ਸ਼ੌਕ ਰੱਖਦੇ ਨੇ? ਬਿਲਕੁਲ, ਦੇਖੋ ਅਸੀਂ ਕ੍ਰਿਕਟ ਨੂੰ ਕਿੰਨੀ ਪ੍ਰਮੋਟ ਕਰਦੇ ਹਾਂ ਮਾਸ਼ਾ ਅੱਲਾਹ, ਲੇਕਿਨ ਇੱਕ ਨਸ਼ਾ ਇੱਕ ਐਸੀ ਚੀਜ਼ ਹੈ ਮਸਾਂ ਕਿ ਤੁਸੀਂ ਨਸ਼ਾ ਕਰਕੇ ਕ੍ਰਿਕਟ ਤਾਂ ਖੇਡ ਸਕਦੇ ਹੋ, ਲੇਕਿਨ ਨਸ਼ਾ ਕਰਕੇ ਤੁਸੀਂ ਕਬੱਡੀ ਵਾਲੇ ਜਾਂ ਕੁਸ਼ਤੀ ਵਾਲੇ ਪਾਸੇ ਨਹੀਂ ਆ ਸਕਦੇ। ਬਿਲਕੁਲ, ਜ਼ੋਰ ਸਮਾਈ ਵਾਲੀ, ਠੀਕ ਹੈ ਨਾ, ਇਹ ਜ਼ੋਰ ਸਮਾਈ। ਲੇਕਿਨ ਇਹਦੇ ਵਾਸਤੇ ਮੈਂ ਚਾਹਾਂਗਾ ਕਿ ਜਿਹੜੇ ਸਾਹਿਬ ਹੈਸੀਅਤ ਦੋਸਤ ਨੇ ਸਾਡੇ ਇਲਾਕੇ ਦੇ, ਉਹ ਸਾਡੇ ਨਾਲ ਤਾਵਨ ਕਰਨ, ਕਿ ਮਿਲ ਕੇ, ਇਹ ਨਹੀਂ ਕਿ ਕੋਈ ਬਹੁਤ ਜ਼ਿਆਦਾ ਸਰਮਾਇਆ ਚਾਹੀਦਾ ਹੁੰਦਾ, ਲੇਕਿਨ ਇਹ ਕਿ ਚਲੋ ਥੋੜ੍ਹਾ ਜਿਹਾ ਤਾਂ ਕਿਸੇ ਨੂੰ ਕਾਲ ਕਰ ਦੇਣਾ, ਐਪਰੀਸ਼ੀਏਟ ਕਰ ਦੇਣਾ, ਇਹ ਵੀ ਬੜੀ ਗੱਲ ਹੁੰਦੀ ਹੈ, ਹੌਸਲਾ ਅਫਜ਼ਾਈ ਮਿਲਦੀ ਹੈ ਇਸ ਚੀਜ਼ ਨਾਲ। ਅਤੇ ਇਨਸ਼ਾ ਅੱਲਾਹ ਤਾਲਾ ਅੱਲਾਹ ਦੇ ਆਸਰੇ 'ਤੇ ਅਸੀਂ ਲੈ ਕੇ ਚੱਲਾਂਗੇ, ਕੋਈ ਨਾਲ ਸਾਡੇ ਰਲਦਾ ਅੱਛੀ ਗੱਲ ਹੈ, ਨਹੀਂ ਰਲਦਾ ਫਿਰ ਵੀ ਅਸੀਂ ਇਨਸ਼ਾ ਅੱਲਾਹ ਲੈ ਕੇ, ਨਹੀਂ ਅਸੀਂ ਇਨਸ਼ਾ ਅੱਲਾਹ ਆਪਣੇ ਤੌਰ 'ਤੇ ਜ਼ਰੂਰ ਕੋਸ਼ਿਸ਼ ਕਰਾਂਗੇ ਜਿਹੜਾ ਨਾ ਜਿੰਨਾ ਹੋ ਸਕੇ ਅਸੀਂ ਜੀ ਜ਼ਰੂਰ ਪ੍ਰਮੋਟ ਕਰੀਏ ਕਬੱਡੀ ਨੂੰ ਵੀ, ਕੋਈ ਵੀ ਗੇਮ ਹੈ ਜਿਹੜੀ ਵੀ ਹੁੰਦੀ ਹੈ ਅਸੀਂ ਉਹਨੂੰ ਪ੍ਰਮੋਸ਼ਨ ਉਹਦੀ ਕਰੀਏ। ਬਹੁਤ 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 ਮਿਹਰਬਾਨੀ, ਇਹਦੇ ਵਿੱਚ ਅਸੀਂ ਦੋਸਤਾਂ 'ਤੇ ਵੀ ਰਿਕੁਐਸਟ ਕਰਾਂਗੇ ਜਿੰਨੇ ਵੀ ਸਾਡੇ ਦੋਸਤ ਨੇ ਉਹ ਜ਼ਰੂਰ ਜਿਹੜਾ ਨਾ ਇਹਦੇ ਵਿੱਚ ਜਿਹੜਾ ਨਾ ਆਪਣਾ ਹਿੱਸਾ ਪਾਉਣ ਜਾਂ ਜੋ ਵੀ ਜਿਸ ਤਰ੍ਹਾਂ ਵੀ ਹਰ ਹਵਾਲੇ ਨਾਲ ਹੀ। ਦੇਖੋ ਇਹ ਨਾ ਮਸਲਾ ਕਿ ਮੈਂ ਤਾਂ ਆਪਣਾ ਜਿਮ ਚਲਾਉਣਾ, ਮੈਂ ਬੰਦਾ ਸੋਚਿਆ ਯਾਰ ਮੇਰਾ ਤਾਂ ਜਿਮ ਹੈ, ਮੈਨੂੰ ਕੀ ਜ਼ਰੂਰਤ ਹੈ ਇਸ ਪਾਸੇ ਆ ਕੇ ਟਾਈਮ ਜ਼ਾਇਆ ਕਰਨ ਦੀ, ਅਸੀਂ ਕਿਹੜੇ ਕੋਈ ਇੱਥੇ ਇਨਾਮ ਮਸਲਾ ਕੋਈ ਜਿੱਤਨੇ ਆ ਪਏ ਆ, ਅਜੇ ਤਾਂ ਸਿਰਫ ਟ੍ਰੇਨਿੰਗ ਕਰਨੇ ਆ ਪਏ, ਲੜਕਿਆਂ ਨੂੰ ਦੋਸਤਾਂ ਨਾਲ ਮੈਚ ਖਿਲਾਈਦੇ ਨੇ, ਉਹਦੇ ਨਾਲ ਇਹਨਾਂ ਦਾ ਇੱਕ ਤਾਂ ਹੌਸਲਾ ਅਫਜ਼ਾਈ ਹੁੰਦੀ ਹੈ, ਫਿਰ ਆ ਜਿਹੜਾ ਇਹਨਾਂ ਦੀ ਟੈਕਨੀਕ 'ਚ ਇਜ਼ਾਫਾ ਹੁੰਦਾ, ਇਹਨਾਂ ਦਾ ਫਿਟਨੈਸ ਲੈਵਲ ਅੱਛਾ ਹੁੰਦਾ, ਫਿਰ ਇੱਕ ਦੂਸਰੇ ਨਾਲ ਜਾ ਕੇ ਮੈਚ ਖੇਡਣ ਨਾਲ, ਅੱਜ ਅਸੀਂ ਸ਼ੁਰੂ ਤੋਂ ਹੀ ਉੱਧਰ ਸਾਈਡ ਸਾਈਡ 'ਤੇ ਮੈਚ ਖਿਲਾਉਂਦੇ ਹਾਂ ਪਿਆ, ਇਹਨਾਂ ਦੀ ਟ੍ਰੇਨਿੰਗ ਹੈ ਦੇਖਣਾ ਜੰਗਲ ਤੋਂ, ਲੇਕਿਨ ਜਦੋਂ ਥੋੜ੍ਹੇ ਜਿਹੇ ਮਚਿਓਰ ਹੋ ਜਾਣਗੇ ਫਿਰ ਅਸੀਂ ਆਵਾਮ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਲੈ ਕੇ ਜਾਵਾਂਗੇ, ਫਿਰ ਮਜ਼ਾ ਆਏਗਾ ਇਨਸ਼ਾ ਅੱਲਾਹ। ਤੁਹਾਡੇ ਖਿਆਲ 'ਚ ਜਿਹੜਾ ਨਾ ਛੋਟੇ ਛੋਟੇ ਟੂਰਨਾਮੈਂਟ ਵੀ ਹੋਣੇ ਚਾਹੀਦੇ ਨੇ, ਜਿਹੜਾ ਇੱਕ ਲੋਕ ਵੀ ਇੰਟਰਟੇਨਮੈਂਟ ਹੋਣ ਅਤੇ ਪਲੇਅਰਾਂ ਦੀ ਵੀ ਹੌਸਲਾ ਅਫਜ਼ਾਈ ਹੋਏ ਉਹਦੇ ਵਿੱਚ? ਜੀ ਜ਼ਰੂਰ, ਜਿਸ ਤਰ੍ਹਾਂ ਦੂਸਰੀ ਗੇਮਾਂ ਦੇ ਟੂਰਨਾਮੈਂਟ ਹੁੰਦੇ ਨੇ, ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਪਿੰਡਾਂ ਦੀਆਂ ਟੀਮਾਂ ਹੋਣ, ਹਰ ਪਿੰਡ ਦੀ ਇੱਕ ਟੀਮ ਹੋ ਜਾਏ, ਇੱਕ ਹਰ ਪਿੰਡ ਦੀ ਨਾ ਹੋਏ, 2-3 ਪਿੰਡਾਂ ਦੀ ਇੱਕ ਟੀਮ ਬਣ ਕੇ ਕਬੱਡੀ ਦੀ, ਇਸ ਤਰ੍ਹਾਂ ਬਾਅਦ, ਕਿਉਂਕਿ ਇਹ ਸਾਡਾ ਕਲਚਰ ਹੈ ਬਿਲਕੁਲ ਪੰਜਾਬ ਦੇ ਵਿੱਚ। ਇਹ ਅਗਰ ਤੁਸੀਂ ਸਪੋਰਟਸ ਦੇ ਕਲਚਰ ਦੇ ਵਿੱਚ ਕਬੱਡੀ ਅਤੇ ਕੁਸ਼ਤੀ ਕੱਢ ਦਿਓ ਤਾਂ ਪਿੱਛੇ ਕਿਹੜਾ ਕਲਚਰ, ਕੁਛ ਵੀ ਨਹੀਂ ਹੈ ਕਬੱਡੀ ਦਾ। ਮੈਂ ਤਾਂ ਸਾਰੇ ਦੋਸਤਾਂ ਨੂੰ ਕਹਾਂਗਾ ਕਿ ਇਹਦੇ ਨਾਲ ਇਸ ਗੇਮ ਵਾਸਤੇ ਸਾਡੇ ਨਾਲ ਤਾਵਨ ਕਰੋ, ਸਾਡੀ ਹੌਸਲਾ ਅਫਜ਼ਾਈ ਕਰੋ, ਸਾਡੇ ਲੜਕਿਆਂ ਦੀ ਹੌਸਲਾ ਅਫਜ਼ਾਈ ਕਰੋ, ਇਹਨੂੰ ਮਿਲ ਕੇ ਅਸੀਂ ਅਰੂਜ 'ਤੇ ਲੈ ਕੇ, ਜਿੰਨੇ ਵੀ ਬਿਜ਼ਨਸਮੈਨ ਨੇ ਜਾਂ ਜਿਹੜੇ ਵੀ ਦੋਸਤ ਬਾਹਰ ਨੇ ਉਹ ਯਾਨੀ ਕਿ ਸਪਾਂਸਰ ਕਰਨੇ ਨੂੰ ਗੇਮ ਨੂੰ ਜਾਂ ਜਿਸ ਤਰ੍ਹਾਂ ਜਾਂ ਟੂਰਨਾਮੈਂਟ ਵਗੈਰਾ ਕਰਵਾਉਣ? ਅੱਛਾ ਸਵਾਲ ਕੀਤਾ ਤੁਸੀਂ। ਮੈਂ ਜਿੰਨੇ ਵੀ ਸਾਹਿਬ ਐਸੇ ਦੋਸਤ ਨੇ ਪਾਕਿਸਤਾਨ ਤੋਂ ਬਾਹਰ ਨੇ ਜਾਂ ਪਾਕਿਸਤਾਨ ਨੇ, ਅਗਰ ਅਸੀਂ ਚਾਹੀਏ ਤਾਂ ਅਸੀਂ ਮਤਲਬ ਹਰ ਬੰਦਾ ਨੂੰ ਆਪਣੇ ਹੈਸੀਅਤ ਦੇ ਮੁਤਾਬਿਕ ਥੋੜ੍ਹਾ ਬਹੁਤ ਸਪੋਂਸਰ ਕਰਕੇ ਅਸੀਂ ਕੋਈ ਅੱਛੀ ਲੀਗ ਕਰਾ ਸਕਦੇ ਹਾਂ ਇਸ ਇਲਾਕੇ ਦੇ ਵਿੱਚ ਸਭ ਮਿਲ ਕੇ। ਹਾਂਜੀ ਬਿਲਕੁਲ, ਠੀਕ ਹੈ, ਉਹ ਇੱਕ ਹੈ ਕਿ ਇਲਾਕੇ ਦਾ ਵੀ ਨਾਮ ਹੈ, ਫਿਰ ਇਹਨਾਂ ਵਿੱਚੋਂ ਸਾਡੇ ਪਲੇਅਰ ਬੜੇ ਨਿਕਲਣਗੇ, ਸਾਡੇ ਵੀ ਬੱਚੇ ਨੇ, ਤੁਹਾਡੇ ਵੀ ਬੱਚੇ, ਛੋਟੇ ਭਾਈ ਕੱਲ੍ਹ ਨੂੰ ਅਗਰ ਗਲਤ ਕੰਮਾਂ ਤੋਂ ਬਚ ਕੇ ਇਸ ਪਾਸੇ ਆ ਜਾਣਗੇ ਤਾਂ ਇਹ ਵੀ ਇੱਕ ਨੇਕੀ ਹੈ, ਸਦਕਾ ਜਾ ਰਹੀ ਹੈ। ਨੌਜਵਾਨ ਕਬੱਡੀ ਦੀ ਟ੍ਰੇਨਿੰਗ ਕਰ ਰਹੇ ਨੇ, ਬਹੁਤ ਅੱਛਾ ਫੀਲ ਹੋਇਆ, ਬਹੁਤ ਅੱਛਾ ਫੀਲ ਹੋਇਆ। ਇਸ ਤਰ੍ਹਾਂ ਦੀ ਜਿਹੜੀ ਗੈਦਰਿੰਗ ਹੈ ਜ਼ਰੂਰ ਹੋਣੀ ਚਾਹੀਦੀ ਹੈ, ਇਸ ਇੱਕ ਸਾਡਾ ਕਲਚਰ ਹੈ, ਔਰ ਇਹਨੂੰ ਖਤਮ ਹੁੰਦਿਆਂ ਵੇਖ ਰਹੇ ਸਾਂ, ਲੇਕਿਨ ਇਹ ਹੁਣ ਉਸ ਦੇ ਬਾਵਜੂਦ ਦੁਬਾਰਾ ਆ ਗਿਆ। ਜ਼ਿਲ੍ਹਾ ਸਿਆਲਕੋਟ ਦੇ ਵਿੱਚ ਕਬੱਡੀ ਨਹੀਂ ਖੇਡੀ ਜਾਂਦੀ ਜ਼ਿਆਦਾ? ਹਾਂਜੀ, ਜ਼ਿਆਦਾਤਰ ਫੈਸਲਾਬਾਦ 'ਚ ਕਬੱਡੀ ਖੇਡੀ ਜਾਂਦੀ ਹੈ,
ਤੇ ਇਹਨਾਂ ਦੀ ਬਹੁਤ ਅੱਛੀ ਕਾਵਿਸ਼ ਹੈ, ਬਹੁਤ ਅੱਛਾ ਕੰਮ ਕਰ ਰਹੇ। ਮਾਸ਼ਾਅੱਲਾ 2 ਮਹੀਨੇ ਹੋਏ ਨੇ ਤਕਰੀਬਨ, 5 ਮੈਚ ਖੇਡੇ ਨੇ, 3 ਮੈਚ ਜਿਹੜੇ ਨੇ ਟੀਮ ਨੇ ਵਿਨ ਕੀਤੇ ਨੇ। ਹਾਂਜੀ, ਤੇ ਜਿਹੜੀ ਉਹਨਾਂ ਦੀ ਨਜ਼ਰ ਆ ਰਹੀ ਹੈ ਬਹੁਤ ਅੱਛਾ ਹੈ ਮਾਸ਼ਾਅੱਲਾ, ਅੱਛਾ ਵਰਕਆਊਟ ਕਰ ਰਹੇ ਨੇ ਲੜਕੇ, ਔਰ ਮਾਸ਼ਾਅੱਲਾ ਦੀ ਜਿਹੜੀ ਐਫਰਟ ਹੈ ਪਿੱਛੇ ਉਹ ਬਹੁਤ ਜ਼ਿਆਦਾ ਹੈ ਨਜ਼ਰ ਆ ਰਿਹਾ। ਕਿ ਨੌਜਵਾਨ ਜਿਹੜੇ ਨੇ ਉਹ ਜ਼ਿਆਦਾ ਨਸ਼ਿਆਂ ਦੀ ਤਰਫ ਚਲੇ ਗਏ ਨੇ, ਤੁਹਾਡਾ ਕੀ ਇਸ ਬਾਰੇ ਦੇ ਵਿੱਚ? ਬਿਲਕੁਲ ਬਿਲਕੁਲ, ਜੋ ਵੀ ਕਿਸੇ ਨੂੰ ਅਵੇਲੇਬਲ, ਬਸ ਲੋਕ ਪਲੇਅ ਸਟੇਸ਼ਨ 'ਤੇ ਬੈਠੇ ਰਹਿੰਦੇ ਨੇ, ਐਕਸਬੋਕਸ ਜਿਹਨਾਂ ਕੋਲ ਮੋਬਾਈਲ ਹੈ ਮੋਬਾਈਲ 'ਤੇ ਗੇਮਸ ਖੇਡ ਰਹੇ ਨੇ, ਬਾਕੀ ਜਿਹੜੇ ਨੇ ਕੁਛ ਨਸ਼ਾ ਅਵਰ ਅਦਵੀਆਤ ਉਹਨਾਂ ਦਾ ਯੂਜ਼ ਕਰ ਰਹੇ ਨੇ, ਕੁਛ ਚਰ ਸਿਗਰਟ ਪੀਣਾ ਸ਼ੁਰੂ ਕਰ ਦਿੱਤਾ। ਅਤੇ ਇਸ ਤਰ੍ਹਾਂ ਦੀ ਐਕਟੀਵਿਟੀਜ਼ ਜਦੋਂ ਹੋਣਗੀਆਂ ਤਾਂ ਲੋਕਾਂ ਦਾ ਰੁਝਾਨ ਇਹਨਾਂ ਦੀ ਤਰਫ ਆਏਗਾ, ਲੋਕ ਸਾਰੇ ਬੱਚੇ ਜਿਹੜੀ ਯੂਥ ਹੈ ਜਨਰੇਸ਼ਨ ਹੈ ਨਵੀਂ, ਉਹ ਫਿਰ ਇਹਨਾਂ 'ਚ ਐਕਟੀਵਿਟੀਜ਼ ਦੀ ਤਰਫ ਆਏਗੀ, ਆਪਣਾ ਰੁਝਾਨ ਚੇਂਜ ਕਰੇਗੀ, ਉਹ ਨਾ ਕਿ ਹਰ ਵਕਤ ਮੋਬਾਈਲ 'ਤੇ ਬੈਠ ਕੇ ਗੇਮਸ ਖੇਡੇਗੀ ਜਾਂ ਪਲੇਅ ਸਟੇਸ਼ਨ ਖੇਡੇਗੀ, ਉਹ ਫਿਰ ਚਲਾ ਧਿਆਨ ਨਾਲ ਸਰ ਮੇਰਾ ਨਾਮ ਮੁਹੰਮਦ ਅਰਸਲਾਨ। ਕਿਹੜੇ ਗਾਉਂ ਦੇ? ਸਰ ਮੇਰਾ ਪਿੰਡ ਡੁਗਰੀ ਹਰੀਆਂ। ਕਿੰਨੇ ਦਿਨ ਹੋ ਗਏ ਤੁਹਾਨੂੰ ਕਬੱਡੀ ਖੇਡਦੇ ਜੀ? ਤਕਰੀਬਨ 6-7 ਮਾਹ ਹੋ ਗਏ। 6-7 ਮਾਹ ਹੋ ਗਏ ਜੀ। ਸਰ ਤੁਹਾਡਾ ਕਿਹੜਾ ਪਲੇਅਰ ਹੈ ਕਬੱਡੀ ਦਾ ਫੇਵਰੇਟ? ਸਰ ਜੀ ਮੇਰਾ ਪਲੇਅਰ ਜੀ ਫੇਵਰੇਟ ਨਫੀਸ ਗੁਜਰ, ਕਿਉਂਕਿ ਮੈਂ ਖੁਦ ਵੀ ਜਾਫੀ ਹਾਂ। ਜਾਫੀ ਹਾਂ ਜਾਫੀ, ਅਤੇ ਮੈਂ ਉਹਨੂੰ ਲਾਈਕ ਕਰ। ਅੱਛੀ ਕਬੱਡੀ ਖੇਡਦੇ ਹੋ, ਤੁਹਾਡੇ ਜੱਫੇ ਵੀ ਦੇਖੇ ਨੇ। ਕੋਈ ਗੱਲ ਨਹੀਂ, ਇਨਸ਼ਾਅੱਲਾ ਸਾਡੇ ਉਸਤਾਦ ਦੀ ਮਿਹਰਬਾਨੀ ਹੈ। ਇਹਨਾਂ ਦਾ ਕਲੱਬ ਹੈ ਕਰਾਚੀ ਫਿਟਨੈਸ ਜਿੰਮ ਮੰਡੀ ਥਰੋ ਦੇ ਅੰਦਰ, ਅਤੇ ਉਹਨਾਂ ਦੀ ਮਿਹਰਬਾਨੀ ਉਹਨਾਂ ਕਬੱਡੀ ਨੂੰ ਪ੍ਰਮੋਟ ਕੀਤਾ। ਇੱਕ ਬਾਈ ਹੋਰ ਨੇ ਸਾਡੇ ਨਾਲ, ਸਲਾਮ ਅਲੈਕੁਮ ਬਾਈ। ਵਾਲੇਕੁਮ ਅਸਲਾਮ ਬਾਈ, ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਅਲੀ ਰਜ਼ਾ। ਅਤੇ ਕਿਹੜਾ ਗਾਉਂ ਹੈ ਤੁਹਾਡਾ? ਮੇਰਾ ਸਰਾਲ ਘੁੰਮਣਾ ਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਕਬੱਡੀ ਖੇਡਦੇ? ਮੈਨੂੰ ਤਕਰੀਬਨ 3-4 ਸਾਲ ਹੋ ਚੱਲੇ। ਅਤੇ ਥਰੋ ਮੰਡੀ ਤੁਸੀਂ ਯਾਨੀ ਕਿ ਕੋਈ ਦੱਸਿਆ ਕਿਸੇ ਦੋਸਤ ਨੇ ਕਬੱਡੀ ਹੋ ਰਹੀ ਹੈ ਇੱਥੇ? ਹਾਂਜੀ ਹਾਂਜੀ, ਮੈਨੂੰ ਇਹ ਮੁੰਡਾ ਇੱਕ ਭੱਟੀ ਇਹਨਾਂ ਦਾ, ਸਾਰੇ ਯਾਰ ਦੋਸਤ ਨੇ ਇਹਨਾਂ ਦੱਸਿਆ ਸੀ, ਅਤੇ ਇਹੀ ਫਸਟ ਟਾਈਮ ਇਹਨਾਂ ਦੇ ਕੋਲ ਆਇਆ, ਬਹੁਤ ਅੱਛਾ ਲੱਗਾ। ਸਾਰਿਆਂ ਨੇ ਬਹੁਤ ਅੱਛਾ ਤਾਵਨ ਕੀਤਾ, ਪਿਆਰ ਦਿੱਤਾ। ਰੇਡਰ ਹੋ ਕੇ ਜਾਫੀ? ਮੈਂ ਸਰ ਜਾਫੀ ਹਾਂ। ਤੁਹਾਡਾ ਕੋਈ ਫੇਵਰੇਟ ਪਲੇਅਰ ਕਬੱਡੀ? ਮੇਰਾ ਫੇਵਰੇਟ ਦੋ ਨੇ, ਨਫੀਸ ਗੁਜਰ ਅਤੇ ਮੁਸ਼ਰਫ ਜਵੇਦ ਜੰਜੂਆ। ਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਭਾਈ? ਅਲਹਮਦੁਲਿਲਾ ਠੀਕ ਠਾਕ। ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਮੁਹੰਮਦ ਅਰਸਲਾਨ। ਅਤੇ ਕਿਹੜਾ ਗਾਉਂ ਤੁਹਾਡਾ? ਮੇਰਾ ਡੁਗਰੀ ਹਰੀਆਂ 'ਚ ਭੈਣ। ਅਤੇ ਕਿੰਨੇ ਹੋ ਗਈ ਤੁਹਾਨੂੰ ਕਬੱਡੀ ਖੇਡਦੇ? ਸਰ ਮੈਨੂੰ ਸਾਲ ਹੀ ਹੋ ਚੱਲਿਆ ਤਕਰੀਬਨ ਖੇਡਦੇ ਆ, ਟ੍ਰੇਨਿੰਗ ਕਰਦੇ ਹਾਂ, ਅਤੇ ਹੁਣ ਇੱਥੇ ਸਾਰਾ ਰਨ ਕਰਵਾਇਆ, ਕਰਵਾਉਂਦੇ ਪਏ ਨੇ ਪਰ ਕਬੱਡੀ ਦੇਣ ਕਰਨ ਪ੍ਰਮੋਟ, ਅਤੇ ਇੱਥੇ ਟ੍ਰੇਨਿੰਗ ਟਰੂਨਿੰਗ ਕਰਦੇ ਨੇ ਮੁੰਡੇ ਸਾਰੇ ਹੀ। ਕਬੱਡੀ ਤੁਹਾਡਾ ਕੋਈ ਫੇਵਰੇਟ ਪਸੰਦੀਦਾ ਪਲੇਅਰ? ਸਰ ਮੇਰਾ ਪਲੇਅਰ ਹੀਰਾ ਬੱਟ ਫੇਵਰੇਟ, ਅਤੇ ਮੈਂ ਉਹਦੀਆਂ ਉਹਦੀ ਵਜ੍ਹਾ ਤੋਂ ਮੈਂ ਮਸਾਂ ਉਹਦੇ ਵੱਲ ਦੇਖ ਦੇਖ ਕੇ ਨਾ ਮਸਾਂ। ਮੇਰਾ ਵੀ ਉਹੀ ਫੇਵਰੇਟ ਪਲੇਅਰ ਜੀ, ਅਤੇ ਇਨਸ਼ਾਅੱਲਾ ਹੀ ਕੋਸ਼ਿਸ਼ ਕਰਾਂਗੇ ਮੁੰਡੇ ਜਿੰਨੇ ਬੱਚੇ ਨੇ ਸਾਰਿਆਂ ਨੂੰ ਇਸ ਪਾਸੇ ਲਿਆਵਾਂਗੇ ਫਿਟਨੈਸ ਵੱਲ, ਸਾਰੇ ਮੁੰਡੇ ਨਸ਼ੇ ਪੱਤੇ ਤੋਂ ਬਚਣ। ਅਤੇ ਹਾਂਜੀ ਬਿਲਕੁਲ ਹੈ। ਠੀਕ ਆ ਭਾਈ, ਇੱਕ ਹੋਰ ਹੁੰਦਾ। ਸਲਾਮ ਅਲੈਕੁਮ ਭਾਈ। ਵਾਲੇਕੁਮ ਸਲਾਮ। ਕੀ ਨਾਂ ਹੈ ਭਾਈ ਤੁਹਾਡਾ? ਉਸਮਾਨ। ਕਿਹੜੇ ਗਾਉਂ ਤੁਹਾਡਾ? ਦੁਲਮ ਕਹਿਲਵਾਨ। ਦੁਲਮ, ਤੁਹਾਨੂੰ ਕਿੰਨੇ ਦਿਨ ਹੋ ਗਏ ਕਬੱਡੀ ਖੇਡ? ਜਨਾਬ ਸਾਲ ਹੋ ਗਿਆ ਜੀ। ਤੁਹਾਡਾ ਕਿਹੜਾ ਫੇਵਰੇਟ ਪਲੇਅਰ? ਮੁਸ਼ਰਫ ਜੰਜੂਆ। ਯਾਨੀ ਕਿ ਤੁਸੀਂ ਜਾਫੀ ਹੋ? ਜੀ ਜੀ। ਸਲਾਮ ਅਲੈਕੁਮ ਭਾਈ। ਵਾਲੇਕੁਮ ਸਲਾਮ। ਕੀ ਹਾਲ ਭਾਈ ਤੁਹਾਡਾ? ਨਾਮ ਠੀਕ ਠਾਕ। ਜ਼ਿਸ਼ਾਨ। ਕਿਹੜਾ ਗਾਉਂ ਤੁਹਾਡਾ? ਥਰੋ ਮੰਡੀ। ਮੰਡੀ ਕਿਹੜਾ? ਥਰੋ, ਖਾਸ ਥਰੋ। ਖਾਸ ਥਰੋ ਜੀ। ਕਿੰਨੇ ਹੋ ਗਏ ਤੁਹਾਨੂੰ ਕਬੱਡੀ ਖੇਡ? ਮੈਨੂੰ ਤਕਰੀਬਨ ਪਹਿਲਾਂ ਖੇਡ ਦੱਸਾਂ 4 ਸਾਲ ਆਊਟ ਆਫ ਕੰਟਰੀ ਰਹਿ ਕੇ ਆਇਆ, ਹੁਣ ਫਿਰ ਆ ਕੇ 1.5-2 ਮਹੀਨੇ ਮੈਨੂੰ ਸ਼ੁਰੂ ਹੋਇਆ। ਅਤੇ ਤੁਸੀਂ ਰੇਡਰ ਹੋ ਕੇ ਜਾਫੀ? ਮੈਂ ਰੇਡਰ। ਰੇਡਰ ਤੁਹਾਡਾ ਕੋਈ ਪਸੰਦੀਦਾ ਖਿਡਾਰੀ ਕਬੱਡੀ ਦੇ ਵਿੱਚ? ਮਲਕ ਬਿਨਿਆਮੀਨ। ਮਲਕ ਬਿਨਿਆਮੀਨ, ਠੀਕ ਹੈ। ਇੱਕ ਹੋਰ ਭਾਈ ਵੀ ਨੇ ਸਾਡੇ ਨਾਲ, ਸਲਾਮ ਅਲੈਕੁਮ। ਵਾਲੇਕੁਮ ਸਲਾਮ। ਤੁਹਾਡਾ ਕੀ ਨਾਮ ਹੈ ਭਾਈ? ਵਲੀਦ ਖਾਲਿਦ। ਵਲੀਦ ਖਾਲਿਦ, ਕਿਹੜਾ ਗਾਉਂ? ਦਰਿਆ ਨੰਗਲ। ਦਰਿਆ ਨੰਗਲ, ਇਹ ਝੂੜ ਦੇ ਨਾਲ ਹੈਗਾ? ਹਾਂਜੀ। ਅਤੇ ਤੁਸੀਂ ਰੇਡਰ ਹੋ ਕੇ ਜਾਫੀ? ਜਾਫੀ। ਤੁਹਾਡਾ ਕਿਹੜਾ ਪਲੇਅਰ ਹੈ ਕੋਈ? ਨਫੀਸ ਗੁਜਰ।